ਸਤਿ ਸ਼੍ਰੀ ਅਕਾਲ। ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮਨਦੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਸਮਝੌਤਾ ਜਿਹੜਾ ਹੋਊਗਾ ਕਿ ਨਹੀਂ, ਇਹ ਪੂਰਾ ਅਪਡੇਟ ਕੀ ਹੈ? ਦੇਖੋ, ਇਹ ਬਹੁਤ ਤੁਸੀਂ ਅਹਿਮ ਸਵਾਲ ਕੀਤਾ। ਅੱਜ ਸਭ ਤੋਂ ਵੱਧ ਅਗਰ ਪੰਜਾਬ 'ਚ ਕੋਈ ਸਵਾਲ ਚਰਚਿਤ ਹੈ ਉਹ ਇਹ ਹੈ ਵੀ ਕੀ ਪੰਜਾਬ 'ਚ ਕਾਂਗਰਸ ਅਤੇ ਆਪ ਮਿਲ ਕੇ ਚੋਣਾਂ ਲੜਨਗੇ। ਅੱਜ ਦੀ ਸਥਿਤੀ 'ਚ ਜੇ ਮੈਂ ਗੱਲ ਕਰਾਂ ਤਾਂ ਨਹੀਂ, ਕਿਉਂਕਿ ਜਿਹੜੀ ਕਾਂਗਰਸ ਦੀ ਇੱਕ ਕਮੇਟੀ ਬਣੀ ਸੀ, ਨੈਸ਼ਨਲ ਅਲਾਇੰਸ ਕਮੇਟੀ, ਉਹਨੇ ਇੱਕ ਰਿਪੋਰਟ ਸੌਂਪੀ ਹੈ ਪੰਜਾਬ ਪ੍ਰਦੇਸ਼, ਮਾਫ਼ ਕਰਨਾ, ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕੀ ਅਰਜਨ ਖੜਗਾ ਸਾਹਿਬ ਨੂੰ। ਉਹ ਕਮੇਟੀ ਨੇ ਜਿਹੜੀ ਰਿਪੋਰਟ ਸੌਂਪੀ ਹੈ, ਸੂਤਰਾਂ ਦੇ ਹਵਾਲੇ ਦੇ ਨਾਲ ਉਹ ਰਿਪੋਰਟ ਹੈ ਜਿਹੜੀ ਬਹੁਤ ਜ਼ਿਆਦਾ ਚਰਚਿਤ ਹੈ। ਉਹਦੇ ਵਿੱਚ ਕਈ ਸੂਬੇ ਨੇ ਜਿੱਥੇ ਅਲਾਇੰਸ ਮਤਲਬ ਸਮਝੌਤਾ ਕਾਂਗਰਸ ਵੱਲੋਂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਕਿ ਕਾਂਗਰਸ ਸਮਝੌਤੇ 'ਚ ਲੜੇਗੀ। ਉਹਨਾਂ ਦੇ ਵਿੱਚ UP ਹੈ, ਬਿਹਾਰ ਹੈ, ਦਿੱਲੀ ਹੈ। ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਨਾਲ ਸਮਝੌਤੇ ਦੀ ਸਿਫਾਰਿਸ਼ ਕੀਤੀ ਹੈ ਕਾਂਗਰਸ ਦੀ ਜਿਹੜੀ ਹਾਈ ਪਾਵਰ ਕਮੇਟੀ ਹੈ। ਪਰ ਪੰਜਾਬ ਦਾ ਨਾਮ ਉਸ ਸੂਚੀ 'ਚ ਨਹੀਂ ਹੈ। ਮਤਲਬ ਜਿਹੜੀ ਕਾਂਗਰਸ ਦੀ ਕਮੇਟੀ ਜਿਹਨੇ ਬਹੁਤ ਸਾਰੇ ਲੀਡਰਾਂ ਨੂੰ ਬੁਲਾਇਆ, ਪ੍ਰਤਾਪ ਬਾਜਵਾ ਨੂੰ ਬੁਲਾਇਆ, ਰਾਜਾ ਵੜਿੰਗ ਨੂੰ ਬੁਲਾਇਆ ਬਤੌਰ ਪ੍ਰਧਾਨ ਔਰ ਬਤੌਰ ਲੀਡਰ ਆਫ ਓਪੋਜੀਸ਼ਨ, ਸਾਰੇ ਦੇਸ਼ 'ਚੋਂ ਜਿਹੜੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ LOP ਅਤੇ ਹੋਰ ਲੀਡਰ ਬੁਲਾਏ, ਪ੍ਰਧਾਨ ਬੁਲਾਏ, ਉਸ ਕਮੇਟੀ ਨੇ ਜਿਹੜੀ ਰਿਪੋਰਟ ਸੌਂਪੀ ਹੈ ਪ੍ਰਧਾਨ ਕਾਂਗਰਸ ਮਲਕੀ ਅਰਜਨ ਖੜਗੇ ਨੂੰ, ਉਹਦੇ ਵਿੱਚ ਪੰਜਾਬ 'ਚ ਸਿਫਾਰਿਸ਼ ਕੀਤੀ ਗਈ ਹੈ ਕਿ ਅਸੀਂ ਨਹੀਂ ਸਮਝੌਤਾ ਕਰਨਾ ਇੱਕ ਤਰੀਕੇ ਨਾਲ, ਕਿਉਂਕਿ ਜਿੱਥੇ ਸਮਝੌਤੇ ਦੀ ਸਿਫਾਰਿਸ਼ ਹੈ ਜਿਨ੍ਹਾਂ ਸੂਬਿਆਂ 'ਚ, ਉਹਨਾਂ 'ਚ ਪੰਜਾਬ ਦਾ ਨਾਮ ਨਹੀਂ। ਮਤਲਬ ਕਾਂਗਰਸ ਦੀ ਹਾਈ ਕਮਾਂਡ ਨੇ ਹੁਣ ਤੈਅ ਕਰਨਾ ਹੈ, ਲਗਭਗ ਪੰਜਾਬ ਦਾ ਸੰਗਠਨ ਹੈ ਜਿਹੜਾ, ਪ੍ਰਧਾਨ ਰਾਜਾ ਵੜਿੰਗ ਔਰ ਲੀਡਰ ਆਫ ਓਪੋਜੀਸ਼ਨ ਔਰ ਪੰਜਾਬ ਕਾਂਗਰਸ ਪ੍ਰਧਾਨ ਦੇ ਹੋਰ ਜਿਹੜੇ ਸਾਥੀ ਲੀਡਰ ਨੇ, ਉਹਨਾਂ ਸਾਰਿਆਂ ਨੇ ਇਹ ਸਿਫਾਰਿਸ਼ ਕਰਤੀ ਵੀ ਅਸੀਂ ਮਿਲ ਕੇ ਨਹੀਂ ਲੜਨਾ ਆਮ ਆਦਮੀ ਪਾਰਟੀ ਨਾਲ। ਅਤੇ ਜਿਹੜੀ ਕਾਂਗਰਸ ਦੀ ਕਮੇਟੀ ਆ ਉਹਨੇ ਹਾਈ ਕਮਾਂਡ ਨੂੰ ਕਹਿ ਦਿੱਤਾ ਵੀ ਅਸੀਂ ਨਹੀਂ ਮਿਲ ਕੇ ਲੜਨਾ ਚਾਹੁੰਦੇ। ਇਹਦਾ ਮਤਲਬ ਹੈ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਕਾਂਗਰਸ ਆਪ ਲੜਨਾ ਚਾਹੁੰਦੀ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਇੱਥੇ ਤੱਕ ਗੱਲ ਪਹੁੰਚ ਗਈ ਤਾਂ ਹੁਣ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਇਕੱਠੇ ਹੋ ਕੇ ਲੜਨਗੇ। ਕਿਉਂਕਿ ਅਗਰ ਹੁਣ ਕਾਂਗਰਸ ਦੀ ਹਾਈ ਕਮਾਂਡ ਦੁਬਾਰਾ ਇਹ ਵਿਚਾਰ ਕਰ ਲਏ ਕਿ ਅਸੀਂ ਮਿਲ ਕੇ ਲੜਨਾ ਹੈ, ਤਾਂ ਫਿਰ ਭਗਵੰਤ ਮਾਨ ਨੂੰ ਮਨਾਉਣਾ ਵੀ ਸੌਖਾ ਨਹੀਂ ਹੋਣਾ ਪੰਜਾਬ ਦੀਆਂ 13 ਸੀਟਾਂ ਲਈ, ਕਿਉਂਕਿ ਸਿਆਸੀ ਤੌਰ 'ਤੇ ਬਹੁਤ ਜ਼ਿਆਦਾ ਵਿਰੋਧ ਜਿਹੜੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੇ ਔਰ ਲੀਡਰ ਆਫ ਓਪੋਜੀਸ਼ਨ ਨੇ, ਉਹਨਾਂ ਨੇ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਗਠਬੰਧਨ ਨਹੀਂ ਕਰਨਾ। ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਸੀਟਾਂ 'ਤੇ ਇਕੱਲੇ ਚੋਣ ਲੜਨ ਵਾਲੇ ਪਾਸੇ ਵੱਧ ਰਹੀ ਹੈ। ਔਰ ਅਤਿ ਭਰੋਸੇਯੋਗ ਸੂਤਰਾਂ ਤੋਂ ਇਹ ਖਬਰ ਹੈ ਮੇਰੇ ਕੋਲ ਮਨਦੀਪ ਜੀ ਕਿ ਭਗਵੰਤ ਮਾਨ ਬਹੁਤ ਵੱਡੇ ਫੈਸਲੇ ਕਰੀ ਬੈਠੇ ਨੇ ਪੰਜਾਬ ਦੀਆਂ 13 ਸੀਟਾਂ ਲਈ, ਕਿਉਂਕਿ ਭਗਵੰਤ ਮਾਨ ਨੇ ਟਾਰਗੇਟ ਰੱਖਿਆ 13-0। ਉੱਧਰ ਨਵਜੋਤ ਸਿੰਘ ਸਿੱਧੂ ਸਰਗਰਮ ਨੇ, ਨਵਜੋਤ ਸਿੰਘ ਸਿੱਧੂ ਨੇ ਸਰਗਰਮ ਰੱਖਿਆ ਕਿ ਮੈਂ ਟੀਚਾ ਰੱਖਿਆ ਕਿ ਮੈਂ ਹਾਈ ਕਮਾਂਡ ਦੇ ਫੈਸਲੇ ਦੇ ਨਾਲ ਹਾਂ। ਅਗਰ ਪੰਜਾਬ ਦੀਆਂ 13 ਸੀਟਾਂ ਲਈ ਨਵਜੋਤ ਸਿੰਘ ਸਿੱਧੂ ਨੂੰ ਵੀ ਕੋਈ ਜ਼ਿੰਮੇਦਾਰੀ ਕਾਂਗਰਸ ਦਿੰਦੀ ਹੈ ਤਾਂ ਫਿਰ ਉਦੋਂ ਕੀ ਹਾਲਾਤ ਬਣਦੇ ਨੇ ਉਹਨਾਂ 'ਤੇ ਗੱਲ ਕਰਾਂਗੇ। ਪਰ ਅਗਰ ਗੱਠਜੋੜ ਨਹੀਂ ਹੁੰਦਾ, ਅਗਰ ਕਾਂਗਰਸ ਦੀ ਪੰਜਾਬ ਦੀ ਇਕਾਈ ਦੇ ਮੁਤਾਬਕ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਭਗਵੰਤ ਮਾਨ ਦਾ 13-0 ਦਾ ਜਿਹੜਾ ਟੀਚਾ
ਉਹ ਭਗਵੰਤ ਮਾਨ ਹੋਣਾ ਨੇ ਰੱਖਿਆ 13-0 ਦਾ ਟੀਚਾ, ਔਰ ਬੜੀ ਮਜ਼ਬੂਤੀ ਨਾਲ ਰੱਖਿਆ। ਔਰ ਮੈਨੂੰ ਜਿਹੜੀ ਸੂਤਰਾਂ ਤੋਂ ਖਬਰ ਹੈ ਮਨਦੀਪ ਜੀ ਕਿ ਆਮ ਆਦਮੀ ਪਾਰਟੀ ਮੋਟੇ ਮੋਟੇ ਤੌਰ ਦੇ ਉੱਪਰ ਇਹ ਤੈਅ ਕਰੀ ਬੈਠੀ ਹੈ ਕਿ ਅਸੀਂ ਪੰਜਾਬ 'ਚ ਕਿਹੜੀ ਸੀਟ ਤੋਂ ਕਿਹੜੇ ਉਮੀਦਵਾਰ ਨੂੰ ਟਿਕਟ ਦੇਣੀ ਹੈ। ਹੁਣ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੀਆਂ 13 ਸੀਟਾਂ ਦਾ ਖਾਕਾ ਰੂਟ ਪਲੈਨ ਇਲੈਕਸ਼ਨ ਦਾ ਫਾਈਟ ਪਲੈਨ ਕਹਿ ਲਈਏ ਇਹਨੂੰ, ਚੋਣ ਲੜਨ ਦਾ ਪਲੈਨ ਭਗਵੰਤ ਮਾਨ ਆਪਣੀ ਤਿਆਰ ਕਰ ਚੁੱਕੇ ਨੇ, ਔਰ ਆਪਣੀ ਹਾਈਕਮਾਂਡ ਨੂੰ ਵੀ ਉਹਨਾਂ ਨੇ, ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਤਾਂ ਆਪ ਹੀ ਹਾਈਕਮਾਂਡ ਨੇ ਆਮ ਆਦਮੀ ਪਾਰਟੀ ਦੇ। ਸੋ ਇਹਨਾਂ ਨੇ ਇੱਕ ਤਰੀਕੇ ਨਾਲ ਤਿਆਰ ਕਰ ਲਿਆ ਕਿ ਅਸੀਂ ਕਿਹੜੇ 13 ਉਮੀਦਵਾਰ ਪੰਜਾਬ 'ਚ ਉਤਾਰਨੇ ਨੇ। ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਸੰਗਠਨ ਵੱਖਰੀ ਤਰ੍ਹਾਂ ਨਾਲ ਕੰਮ ਕਰਦਾ ਹੈ, ਉੱਥੇ ਕਈ ਵਾਰੀ ਵਰਕਰਾਂ ਦੀ ਫੀਡਬੈਕ, ਆਮ ਲੋਕਾਂ ਦੀ ਫੀਡਬੈਕ ਉੱਪਰ ਪਹੁੰਚਦੀ ਹੈ, ਉਹਨਾਂ ਦਾ ਜਿਹੜਾ ਮਕੈਨਿਜ਼ਮ ਹੈ, ਇਲੈਕਟ੍ਰੋਨਿਕ ਸਰਵੇਲੈਂਸ ਹੈ ਜਾਂ ਇਲੈਕਟ੍ਰੋਨਿਕ ਇੰਟੈਲੀਜੈਂਸ ਹੈ ਜਿਹੜਾ ਆਮ ਆਦਮੀ ਪਾਰਟੀ ਦਾ, ਉਹ ਉਹਨਾਂ ਕੋਲ ਡਾਟਾ ਪਹੁੰਚ ਜਾਂਦਾ ਵੀ ਕਿਹੜਾ ਲੀਡਰ ਸਮਰੱਥ ਹੈ, ਉਹ ਜਿੱਤ ਸਕਦਾ। ਔਰ ਭਗਵੰਤ ਮਾਨ ਮੋਟੇ ਮੋਟੇ ਤੌਰ 'ਤੇ ਅਗਰ 13 ਉਮੀਦਵਾਰ ਤੈਅ ਕਰਕੇ ਬੈਠਾ ਤਾਂ ਤੁਸੀਂ ਸੋਚੋ ਅੱਜ ਕਾਂਗਰਸ ਕਿੱਥੇ ਹੈ। ਕਾਂਗਰਸ ਅਜੇ ਇਹ ਤੈਅ ਕਰਨ 'ਚ ਲੱਗੀ ਹੈ ਵੀ ਅਸੀਂ ਸਮਝੌਤਾ ਨਹੀਂ ਕਰਨਾ, ਕੁਝ ਲੀਡਰ ਕਹਿੰਦੇ ਅਸੀਂ ਕਰਨਾ, ਅਤੇ ਅਗਰ ਸਮਝੌਤਾ ਨਹੀਂ ਕਰਨਾ ਤਾਂ ਫਿਰ ਕਾਂਗਰਸ ਦੇ ਵਿੱਚ ਰੌਲਾ ਨੰਬਰ 2 ਇਸ ਗੱਲ ਦਾ ਪੈਣਾ ਹੈ ਕਿ ਟਿਕਟ ਕਿਹਨੂੰ ਦੇਣੀ ਹੈ, ਕਿਸੇ ਦਾ ਭਰਾ, ਕਿਸੇ ਦੀ ਭੈਣ, ਕਿਸੇ ਦੇ ਪਿਤਾ ਜੀ, ਕਿਸੇ ਦੇ ਬਾਪੂ ਜੀ, ਕਿਸੇ ਦੀ ਪਤਨੀ ਜੀ, ਉੱਥੇ ਇਹ ਟਿਕਟਾਂ ਦੇ ਦਾਅਵੇ ਹੋਣੇ ਨੇ, ਉੱਥੇ ਰੌਲੇ ਪੈਣੇ ਨੇ ਇਹਨਾਂ ਟਿਕਟਾਂ ਦੇ। ਸੋ ਇਸ ਕਰਕੇ ਤੁਸੀਂ ਇਸ ਗੱਲ ਨੂੰ ਦੇਖੋ ਮਨਦੀਪ ਜੀ ਕਿ ਜਦੋਂ ਕਾਂਗਰਸ ਰੌਲੇ ਨੰਬਰ 2 'ਚ ਹੋਏਗੀ ਕਿ ਕਿਹਨੂੰ ਟਿਕਟ ਦਈਏ ਕਿਹਨੂੰ ਨਾ ਦਈਏ, ਦਿੱਲੀ ਮੀਟਿੰਗਾਂ ਹੋਣਗੀਆਂ, ਕੋਈ ਕਿਸੇ, ਦੇਖੋ ਕਾਂਗਰਸ 'ਚ ਇੱਕ ਹੋਰ ਕੀ ਹੈ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਫਰਕ ਕੀ ਹੈ ਮੋਟੇ ਮੋਟੇ ਤੌਰ 'ਤੇ। ਆਮ ਆਦਮੀ ਪਾਰਟੀ 'ਚ ਜੋ ਕੁਝ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੇ ਤੈਅ ਕਰਤਾ ਉਹ ਕਰਤਾ, ਹੁਣ ਕਾਂਗਰਸ 'ਚ ਕੀ ਹੈ, ਕਾਂਗਰਸ 'ਚ ਕਿਸੇ ਦੀ ਰਾਹੁਲ ਗਾਂਧੀ ਨਾਲ ਨੇੜਤਾ, ਕਿਸੇ ਦੀ ਬੀਬੀ ਪ੍ਰਿੰਕਾ ਗਾਂਧੀ ਨਾਲ ਪੋਲੀਟੀਕਲ ਸਾਂਝ ਹੈ, ਕਿਸੇ ਦੀ ਬੀਬੀ ਸੋਨੀਆ ਗਾਂਧੀ ਨਾਲ ਪੋਲੀਟੀਕਲ ਸਾਂਝ ਹੈ, ਔਰ ਪੰਜਾਬ 'ਚ ਜਿਹੜੇ ਲੀਡਰ ਨੇ ਕਿਸੇ ਦੀ ਪ੍ਰਿੰਕਾ ਗਾਂਧੀ ਨਾਲ ਸਾਂਝ ਹੈ, ਕਿਸੇ ਦੀ ਰਾਹੁਲ ਗਾਂਧੀ ਨਾਲ ਸਾਂਝ ਹੈ, ਕਿਸੇ ਦੀ ਬੀਬੀ ਸੋਨੀਆ ਗਾਂਧੀ ਨਾਲ ਪੋਲੀਟੀਕਲ ਸਾਂਝ ਹੈ। ਅਤੇ ਕਾਂਗਰਸ ਦੇ ਵਿੱਚ ਮਲਕੀ ਅਰਜਨ ਖੜਗੇ ਦਾ ਮੈਨੂੰ ਲੱਗਦਾ ਟਿਕਟਾਂ ਦੀ ਵੰਡ 'ਚ ਓਨਾ ਦਬਦਬਾ ਨਹੀਂ ਚੱਲਣਾ ਜਿੰਨਾ ਗਾਂਧੀ ਪਰਿਵਾਰ ਦਾ ਚੱਲਣਾ। ਇਸ ਕਰਕੇ ਰੌਲਾ ਨੰਬਰ 2 ਕਾਂਗਰਸ 'ਚ ਪੈਣਾ ਹੀ ਪੈਣਾ ਟਿਕਟਾਂ ਦੀ ਵੰਡ ਦਾ, ਔਰ ਜਿੰਨੀ ਦੇਰ ਕਾਂਗਰਸੀ ਟਿਕਟਾਂ ਦੀ ਵੰਡ ਦੇ ਰੌਲੇ 'ਚ ਰਹਿਣਗੇ ਉਨੀ ਦੇਰ ਤੱਕ ਤਾਂ ਭਗਵੰਤ ਮਾਨ ਨੇ ਇੱਕ ਇੱਕ ਦੋ ਦੋ ਰੈਲੀਆਂ ਪੰਜਾਬ ਦੇ ਵਿੱਚ ਕਰ ਜਾਣੀਆਂ ਨੇ। ਮੈਂ ਪ੍ਰੈਕਟੀਕਲ ਤੁਹਾਨੂੰ ਤਜਰਬਾ ਦੱਸ ਰਿਹਾ ਜੋ ਮੈਂ ਦੇਖ ਰਿਹਾ ਪਿਛਲੇ 25-30 ਸਾਲਾਂ ਤੋਂ। ਇਸ ਕਰਕੇ ਮੈਂ ਇਹ ਕਹਿ ਰਿਹਾ ਕਿ ਭਗਵੰਤ ਮਾਨ ਨੇ 13-0 ਦਾ ਟਾਰਗੇਟ ਬਣਾ ਲਿਆ ਅਤੇ ਕਾਂਗਰਸ ਦੇ ਮੁਕਾਬਲੇ ਭਗਵੰਤ ਮਾਨ ਬਹੁਤ ਅੱਗੇ ਹੈ ਕਿਉਂਕਿ ਉਹਦਾ ਉਮੀਦਵਾਰ ਵੀ ਤੈਅ ਕਰੀ ਬੈਠੇ ਨੇ। ਭਗਵੰਤ ਤੁਸੀਂ ਮਨਦੀਪ ਜੀ ਮੈਨੂੰ ਦੱਸੋ, ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦਾ ਕਦੇ ਗੈਰ ਜ਼ਰੂਰੀ ਬਿਆਨ ਆਇਆ ਕਿ ਅਸੀਂ ਸਮਝੌਤਾ ਪੰਜਾਬ 'ਚ ਕਰਨਾ ਹੀ ਚਾਹੁੰਦੇ ਹਾਂ ਕਾਂਗਰਸ ਨਾਲ? ਕਦੀ ਨਹੀਂ ਕਿਹਾ ਆਮ ਆਦਮੀ ਪਾਰਟੀ ਨੇ ਕਿ ਅਸੀਂ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਲੜਨਾ ਚਾਹੁੰਦੇ ਹਾਂ। ਉਹ ਕਹਿੰਦੇ ਅਸੀਂ ਤਾਂ ਨੈਸ਼ਨਲ ਪੱਧਰ 'ਤੇ ਇੰਡੀਆ ਗਠਬੰਧਨ ਦਾ ਹਿੱਸਾ, ਅਸੀਂ ਗਠਬੰਧਨ ਦੇ ਨਾਲ ਹਾਂ, ਗਠਬੰਧਨ ਜੋ ਫੈਸਲਾ ਕਰੂਗਾ ਅਸੀਂ ਉਹਦੇ ਨਾਲ ਖੜ੍ਹੇ ਹਾਂ। ਕਿਉਂਕਿ ਭਗਵੰਤ ਮਾਨ ਦਾ ਤਾਂ ਇਹ ਮੰਨਣਾ ਨਾ ਵੀ ਜੇ ਅਸੀਂ ਇੰਡੀਆ ਗਠਬੰਧਨ ਦਾ ਹਿੱਸਾ, ਅਗਰ ਅਸੀਂ ਪੰਜਾਬ 'ਚੋਂ ਵੀ 10-12 ਸੀਟਾਂ ਜਿੱਤ ਗਏ ਜਾਂ 13 ਜਿੱਤ ਗਏ ਜਿਹੜਾ ਟਾਰਗੇਟ ਹੈ ਭਗਵੰਤ ਮਾਨ ਦਾ 13-0 ਦਾ, ਤਾਂ ਅਸੀਂ ਉਹ ਇੰਡੀਆ ਗਠਬੰਧਨ ਨੂੰ ਹੀ ਦੇ ਦੇਣੀਆਂ ਨੇ।
ਮਤਲਬ ਕਿ ਅਗਰ ਇੰਡੀਆ ਗਠਬੰਧਨ ਦੇ ਮੁਖੀ ਮਲਕਿਆਰਜਨ ਖੜਗੇ ਬਣਦੇ ਨੇ ਤਾਂ ਭਗਵੰਤ ਮਾਨ ਉਹਨਾਂ ਨੇ ਵੀ ਜੋ 10-12-13 ਜਿੱਤਣਗੇ ਉਹਨਾਂ ਨੂੰ ਦੇ ਦੇਣੀਆਂ ਨੇ ਸੀਟਾਂ। ਸੋ ਇਸ ਕਰਕੇ ਇਹ ਜਿਹੜੀਆਂ 13 ਸੀਟਾਂ ਨੇ ਪੰਜਾਬ ਦੀਆਂ, ਇਹ ਇਸ ਵਾਰ ਦੀ ਜਿਹੜੀ 2024 ਦੀ ਚੋਣ ਹੈ ਨਾ, ਇਹਦੇ 'ਚ ਬਹੁਤ ਅਹਿਮੀਅਤ ਵਾਲੀਆਂ ਹੋਣਗੀਆਂ। ਆਮ ਤੌਰ 'ਤੇ ਪੋਲੀਟੀਕਲ ਪਾਰਟੀਆਂ ਕਹਿ ਦਿੰਦੀਆਂ ਨੇ ਵੀ ਵੱਡੇ ਸੂਬੇ ਨੇ ਜੀ, ਯੂਪੀ 'ਚ 80 ਸੀਟਾਂ ਨੇ, ਬਿਹਾਰ 'ਚ 40 ਨੇ, ਕਰਨਾਟਕਾ 'ਚ, ਰਾਜਸਥਾਨ 'ਚ 25 ਨੇ, ਅਤੇ ਇਹ ਛੋਟੇ ਸੂਬਿਆਂ ਨੂੰ ਘੱਟ ਗਿਣਦੇ ਸੀ ਵੀ ਹਿਮਾਚਲ 'ਚ ਤਾਂ 4 ਨੇ, ਪੰਜਾਬ 'ਚ ਤਾਂ 13 ਨੇ। ਅਤੇ ਇਹ ਜਿਹੜੀਆਂ 13 ਨੇ ਨਾ ਪੰਜਾਬ ਦੀਆਂ, ਇਹਨਾਂ ਦੀ ਬਹੁਤ ਵੱਡੀ ਅਹਿਮੀਅਤ ਇਸ ਵਾਰ ਬਣਨੀ ਹੈ ਇਸ ਇੰਡੀਆ ਗਠਬੰਧਨ ਦੇ ਵਿੱਚ। ਕਿਉਂ? ਕਿਉਂਕਿ ਪੰਜਾਬ 'ਚ BJP ਉਸ ਪੱਧਰ 'ਤੇ ਨਹੀਂ ਦਿਖ ਰਹੀ ਜਿਸ ਪੱਧਰ 'ਤੇ ਦੇਸ਼ ਦੇ ਦੂਜੇ ਹਿੱਸੇ 'ਚ ਦਿਖ ਰਹੀ ਹੈ। ਦੇਖੋ, BJP ਹਿਮਾਚਲ 'ਚ ਮੈਨੂੰ ਐਡੀ ਤਕੜੀ ਨਹੀਂ ਦਿਖਦੀ, ਪੰਜਾਬ 'ਚ ਐਨੀ ਤਕੜੀ ਨਹੀਂ ਦਿਖਦੀ। ਇਹ 13 ਅਤੇ 4 17, ਇੱਕ ਚੰਡੀਗੜ੍ਹ 18, 18 ਸੀਟਾਂ ਜੇ ਅਸੀਂ ਲੈ ਲਈਏ ਸਿਰਫ ਸਾਡੀਆਂ 2 ਸਟੇਟਾਂ 'ਤੇ, ਔਰ ਹਰਿਆਣੇ 'ਚ ਵੀ BJP ਉਨੀ ਤਕੜੀ ਨਹੀਂ ਦਿਖ ਰਹੀ, ਉੱਥੇ ਵੀ ਐਂਟੀ ਇਨਕੰਬੈਂਸੀ ਬਹੁਤ ਹੈ ਭੁਪਿੰਦਰ ਹੁੱਡਾ ਉਹਨਾਂ ਦੀ ਸਰਕਾਰ 'ਤੇ। ਇਸ ਕਰਕੇ ਜੇ ਤੁਸੀਂ ਹਰਿਆਣੇ ਦੀ ਵੀ 7-8-10 ਸੀਟਾਂ ਪਾ ਲਓ ਤਾਂ ਘੱਟੋ ਘੱਟ 25-30 ਸੀਟਾਂ ਨੇ ਜਿਹੜੀਆਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੀਆਂ, ਇੱਥੇ BJP ਨੂੰ ਹਰਾਇਆ ਜਾ ਸਕਦਾ ਅਗਰ ਵਿਰੋਧੀ ਇਕੱਠੇ ਹੁੰਦੇ ਨੇ। ਔਰ ਭਗਵੰਤ ਮਾਨ ਦਾ ਇਹੀ ਬਹੁਤ ਵੱਡਾ ਟੀਚਾ ਰੱਖਿਆ ਹੋਇਆ। ਕਾਂਗਰਸ ਦੇ ਲੀਡਰ ਮੈਨੂੰ ਇਸ ਤਰ੍ਹਾਂ ਨਾਲ ਸੰਗਠਿਤ ਹੋ ਕੇ ਨਹੀਂ ਦਿਖ ਰਹੇ ਕਿ ਉਹ ਇਹ ਸੋਚਦੇ ਹੋਣ ਕਿ ਅਸੀਂ ਹਿਮਾਚਲ, ਪੰਜਾਬ, ਚੰਡੀਗੜ੍ਹ, ਹਰਿਆਣਾ ਅਗਰ ਅਸੀਂ ਇੰਡੀਆ ਗੱਠਜੋੜ ਕਰਦੇ ਹਾਂ ਤਾਂ ਇਕੱਠੇ ਸਾਰੀਆਂ ਸੀਟਾਂ ਜਿੱਤ ਕੇ ਅਸੀਂ BJP ਤੋਂ ਇਹ ਸੀਟਾਂ ਬਚਾ ਸਕਦੇ ਹਾਂ। ਇਸ ਕਰਕੇ ਬੜਾ ਦਿਲਚਸਪ ਮੋੜ ਦੇ ਉੱਤੇ ਪੂਰਾ ਸਿਆਸੀ ਮਾਹੌਲ ਹੈ ਪੰਜਾਬ ਦਾ। ਔਰ ਇਹ 3 ਸੂਬੇ, ਪੰਜਾਬ, ਹਰਿਆਣਾ, ਹਿਮਾਚਲ ਔਰ ਚੰਡੀਗੜ੍ਹ, ਸਾਡਾ UT ਰਾਜਧਾਨੀ, ਇਹਨੇ ਬਹੁਤ ਵੱਡਾ ਫਰਕ ਐਤਕੀ ਪਾਉਣਾ ਹੈ। ਬਾਕੀ ਜਿੱਥੋਂ ਤੱਕ ਕਾਂਗਰਸ ਨੇ ਗੱਠਜੋੜ ਨਹੀਂ ਕਰਨਾ, ਉਹਦੇ ਨਾਲ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਖੁਸ਼ ਹੋਣਗੇ ਔਰ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰ ਖੁਸ਼ ਵੀ ਹੋ ਸਕਦੇ ਨੇ, ਪਰ ਬਹੁਤ ਸਾਰੇ ਲੀਡਰ ਕਾਂਗਰਸ 'ਚ ਨਾਰਾਜ਼ ਅਤੇ ਦੁਖੀ ਵੀ ਹੋਣਗੇ ਕਿ ਜੇ ਅਸੀਂ ਗੱਠਬੰਧਨ ਕਰ ਲੈਂਦੇ ਜਾਂ ਕਰ ਲਈਏ ਤਾਂ ਇਹਦੇ ਨਾਲ ਕਾਂਗਰਸ ਹੋਰ ਤਕੜੀ ਹੋ ਸਕਦੀ ਹੈ। ਸੋ ਹੁਣੇ ਦੇਖਣ ਵਾਲੀ ਗੱਲ ਰਹੇਗੀ ਕਿ ਪੱਕੀ ਮੋਹਰ ਕਦੋਂ ਲੱਗਦੀ ਹੈ, ਕਿਉਂਕਿ ਇਹ ਤਾਂ ਸੂਤਰਾਂ ਦੇ ਹਵਾਲੇ ਦੇ ਨਾਲ ਖਬਰਾਂ ਆ ਰਹੀਆਂ ਨੇ। ਬਾਕੀ ਪੱਕੀ ਮੋਹਰ ਮੈਨੂੰ ਲੱਗਦਾ 14 ਤਰੀਕ ਤੋਂ ਪਹਿਲਾਂ ਲੱਗ ਹੀ ਜਾਣੀ ਹੈ। ਜੀ, ਉੱਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਕੀਤਾ। ਦਾਦਾ ਜੀ, ਇਹ ਫੈਸਲਾ ਕੀ ਆ? ਦੇਖੋ, ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਟਵੀਟ ਆਇਆ ਔਰ ਉਹਨਾਂ ਨੇ ਐਲਾਨ ਕੀਤਾ ਕਿ ਜਿੰਨੇ ਵੀ ਸਾਡੇ 26 ਜਨਵਰੀ ਦੇ ਗਣਤੰਤਰ ਦਿਹਾੜੇ ਦੇ ਪ੍ਰੋਗਰਾਮ ਹੋਣਗੇ ਇਹ ਅਸੀਂ ਕਿਤੇ ਵੀ ਸਿੰਥੈਟਿਕ ਟਰੈਕ ਵਾਲੇ ਗਰਾਊਂਡ 'ਚ ਪਰੇਡ ਨਹੀਂ ਹੋਵੇਗੀ ਉਹਦੀ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਮੈਦਾਨ ਨੇ ਉਹਨਾਂ 'ਤੇ ਸਿੰਥੈਟਿਕ ਟਰੈਕ ਲੱਗੇ ਹੋਏ ਨੇ। ਜਿਵੇਂ ਲੁਧਿਆਣੇ ਦਾ ਗੁਰੂ ਨਾਨਕ ਸਟੇਡੀਅਮ ਹੈ, ਉੱਥੇ ਸਿੰਥੈਟਿਕ ਟਰੈਕ ਹੈ ਔਰ ਇਹ ਸਿੰਥੈਟਿਕ ਟਰੈਕ ਕਰੋੜਾਂ ਦੀ ਲਾਗਤ ਨਾਲ ਬਣਦੇ ਨੇ, ਭਾਵੇਂ ਸਾਡੇ ਹਾਕੀ ਸਟੇਡੀਅਮ ਹੋਣ ਜਾਂ ਸਾਡੇ ਵੱਖ ਵੱਖ ਪੰਜਾਬ ਦੇ ਵਿੱਚ ਥਾਵਾਂ 'ਤੇ ਜਿਹੜੇ ਸਟੇਡੀਅਮ ਨੇ, ਕਿਉਂਕਿ ਜਦੋਂ ਗਣਤੰਤਰ ਦਿਵਸ ਸਮਾਗਮ ਹੁੰਦੇ ਨੇ ਸੁਰੱਖਿਆ ਦੀ ਵੀ ਬਹੁਤ ਜ਼ਿਆਦਾ ਉਸ ਦਿਨ ਇੰਤਜ਼ਾਮ ਕਰਨੇ ਪੈਂਦੇ ਨੇ, ਪਰੇਡ ਵੀ ਹੁੰਦੀ ਹੈ, ਬਹੁਤ ਵੱਡੀ ਗਿਣਤੀ 'ਚ ਮਹਿਮਾਨ ਵੀ ਪੁੱਜਦੇ ਨੇ। ਸੋ ਇਸ ਕਰਕੇ ਉਸ ਦਿਨ ਆਮ ਤੌਰ 'ਤੇ ਸਟੇਡੀਅਮਾਂ ਦੇ ਵਿੱਚ ਪ੍ਰੋਗਰਾਮ ਰੱਖੇ ਜਾਂਦੇ ਨੇ। ਮੈਨੂੰ ਯਾਦ ਹੈ ਮਨਦੀਪ ਜੀ, 2004 ਤੋਂ ਪਹਿਲਾਂ ਜਾਂ 2004 ਦੇ ਕਰੀਬ ਤੁਸੀਂ ਵੇਖੋ ਕਿ ਅਟਲ ਬਿਹਾਰੀ ਵਾਜਪਾਈ ਉਹਨਾਂ ਦੀ ਰੈਲੀ ਹੋਈ ਸੀ ਲੁਧਿਆਣੇ, ਗੌਰਮੈਂਟ ਕਾਲਜ ਦਾ, ਸਰਕਾਰੀ ਕਾਲਜ ਦਾ ਲੁਧਿਆਣੇ ਦੇ ਮੈਦਾਨ ਸੀ,
ਔਰ ਕ੍ਰਿਕਟ ਦਾ ਮੈਦਾਨ ਸੀ ਜਿੱਥੇ ਉਹਨਾਂ ਦੀ ਰੈਲੀ ਹੋਈ, ਔਰ ਬਹੁਤ ਚੰਗੀ ਕ੍ਰਿਕਟ ਪਿੱਚ ਸੀ ਗੌਰਮੈਂਟ ਕਾਲਜ ਲੁਧਿਆਣਾ ਦੀ, ਉਹਦੇ ਵਿੱਚ ਰਣਜੀ ਟਰਾਫੀ ਦੇ ਮੈਚ ਵੀ ਹੋਇਆ ਕਰਦੇ ਸੀ ਕ੍ਰਿਕਟ ਦੇ। ਸੋ ਰਣਜੀ ਟਰਾਫੀ ਦੇ ਕ੍ਰਿਕਟ ਮੈਚ ਉੱਥੇ ਹੋਇਆ ਕਰਦੇ ਸੀ, ਔਰ ਉਸ ਰੈਲੀ ਨੇ ਉਸ ਕ੍ਰਿਕਟ ਦੀ ਪਿੱਚ ਨੂੰ ਤਬਾਹ ਕਰਤਾ, ਔਰ ਦੁਬਾਰਾ ਕਈ ਸਾਲ ਤੱਕ ਉਹ ਕ੍ਰਿਕਟ ਪਿੱਚ ਉਸੇ ਤਰ੍ਹਾਂ ਦੀ ਬਣੀ ਨਹੀਂ। ਔਰ ਅਟਲ ਬਿਹਾਰੀ ਵਾਜਪੇਈ ਉਹਨਾਂ ਨੂੰ ਪਤਾ ਨਹੀਂ ਸੀ, ਕਿਉਂਕਿ ਉਹ ਤਾਂ ਸਿਰਫ ਤਾਂ ਰੈਲੀ 'ਚ ਆ ਰਹੇ ਸੀ, ਪ੍ਰਬੰਧਕ ਤਾਂ ਸੂਬਾ ਸਰਕਾਰਾਂ ਹੁੰਦੀਆਂ ਨੇ ਜਾਂ ਜਿਹੜੇ ਪ੍ਰਬੰਧਕ ਹੁੰਦੇ ਨੇ ਉਦੋਂ ਅਕਾਲੀ ਭਾਜਪਾ ਵਾਲੇ ਇਕੱਠੇ ਸੀ। ਇਹਨਾਂ ਨੇ ਸਰਕਾਰੀ ਕਾਲਜ 'ਚ ਮਨਜ਼ੂਰੀ ਦੇ ਤੀ, ਅਤੇ ਹੁਣ ਭਗਵੰਤ ਮਾਨ ਨੇ ਜਿਹੜਾ ਫੈਸਲਾ ਕੀਤਾ ਉਹਦੇ ਤੋਂ ਖਿਡਾਰੀ ਵੀ ਬੜੇ ਖੁਸ਼ ਹੋਣਗੇ ਵੀ ਬਿਲਕੁਲ ਠੀਕ ਹੈ ਜੀ, ਅਗਰ ਤੁਸੀਂ ਸਰਕਾਰੀ ਸਮਾਗਮ ਕਰਨੇ ਨੇ, ਰੈਲੀਆਂ ਕਰਨੀਆਂ ਨੇ, ਗਣਤੰਤਰ ਦਿਵਸ ਦੀ ਪਰੇਡ ਹੈ, ਸੁਤੰਤਰ ਦਿਵਸ ਨੇ, ਅਤੇ ਅਸੀਂ ਆਪਣੇ ਇਹਨਾਂ ਮੈਦਾਨਾਂ ਨੂੰ ਕਿਉਂ ਖਰਾਬ ਕਰੀਏ। ਇਸ ਕਰਕੇ ਜਿਹੜੀ ਲੁਧਿਆਣੇ 'ਚ ਵੀ 26 ਜਨਵਰੀ ਦੀ ਗਣਤੰਤਰ ਦਿਵਸ ਦੀ ਜਿਹੜੀ ਪਰੇਡ ਹੈ ਜਿਹਦੇ ਵਿੱਚ ਮੁੱਖ ਮੰਤਰੀ ਆਉਣਗੇ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਦਾਨ ਦੇ ਵਿੱਚ ਹੋਏਗੀ ਜਿੱਥੇ ਮੇਲੇ ਵਗੈਰਾ ਲੱਗਦੇ ਨੇ। ਸੋ ਲੁਧਿਆਣੇ ਦੇ ਸਟੇਡੀਅਮ ਦੇ ਵਿੱਚ ਔਰ ਪੰਜਾਬ ਦੇ ਕਿਸੇ ਵੀ ਸਟੇਡੀਅਮ 'ਚ ਗਣਤੰਤਰ ਦਿਵਸ ਦਾ ਪ੍ਰੋਗਰਾਮ ਨਹੀਂ ਹੋਊਗਾ। ਇਹ ਬਹੁਤ ਚੰਗਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ, ਜਿਹਦਾ ਸਵਾਗਤ ਕਰਨਾ ਬਣਦਾ ਹੈ ਜੀ। ਉਧਰ ਨਵਜੋਤ ਸਿੰਘ ਸਿੱਧੂ ਦੀ ਕੋਟ ਸ਼ਮੀਰਾ ਵਿਖੇ ਰੈਲੀ ਹੋਣ ਜਾ ਰਹੀ ਹੈ, ਇਸ ਰੈਲੀ ਬਾਰੇ ਵੀ ਅਪਡੇਟ ਆ ਜਿਹੜਾ ਜ਼ਰੂਰ ਸਾਂਝਾ ਕਰੋ। ਦੇਖੋ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਜਿਹੜੀ ਕੋਟ ਸ਼ਮੀਰਾ ਦੇ ਵਿੱਚ ਲੋਕ ਮਿਲਣੀ ਹੈ, ਇਹ ਰੈਲੀ ਦੇ ਨਾਂ 'ਤੇ ਪ੍ਰਸਿੱਧ ਹੋ ਗਈ। ਇਸ ਤੋਂ ਪਹਿਲਾਂ ਪਿੰਡ ਮਹਿਰਾਜ ਦੇ ਵਿੱਚ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਰੈਲੀ ਕੀਤੀ ਸੀ, ਉਹ ਵੀ ਲੋਕ ਮਿਲਣੀ ਸੀ ਪਰ ਰੈਲੀ ਬਣ ਗਈ। ਦਾਣਾ ਮੰਡੀ 'ਚ ਸੀ ਸਮਾਗਮ, ਵੱਡੀ ਗਿਣਤੀ ਉੱਥੇ ਲੋਕ ਪੁੱਜੇ, ਔਰ ਅੱਜ ਵੀ ਬਹੁਤ ਵੱਡਾ ਉੱਥੇ ਪ੍ਰਬੰਧ ਕੀਤਾ ਗਿਆ। ਔਰ ਨਵਜੋਤ ਸਿੰਘ ਸਿੱਧੂ ਨੇ ਤਾਂ ਪਹਿਲਾਂ ਕਹਿਤਾ ਕਿ ਮੇਰੇ ਸਾਹਮਣੇ ਚਾਹੇ 100 ਲੋਕ ਹੋਣ, ਮੈਂ ਉੱਥੇ ਵੀ ਜਾਵਾਂਗਾ। ਅਗਰ ਮੈਨੂੰ 100 ਵਲੰਟੀਅਰ ਵਰਕਰ ਵੀ ਕਾਂਗਰਸ ਦੇ ਬੁਲਾਉਣਗੇ, ਮੈਂ ਜਾਵਾਂਗਾ, ਕਿਉਂਕਿ ਮੈਂ ਪੰਜਾਬ ਦੇ ਹੱਕ 'ਚ ਆਵਾਜ਼ ਬੁਲੰਦ ਕਰਨੀ ਹੈ, ਪੰਜਾਬ ਦੇ ਮੁੱਦਿਆਂ 'ਤੇ ਗੱਲ ਅੱਗੇ ਵਧਾਉਣੀ ਹੈ। ਭਾਵੇਂ ਭਗਵੰਤ ਮਾਨ ਦੀ ਸਰਕਾਰ ਹੈ, ਭਾਵੇਂ ਨਰਿੰਦਰ ਮੋਦੀ ਦੀ ਸਰਕਾਰ ਹੈ, ਮੈਂ ਨੀਤੀਗਤ ਵਿਰੋਧ ਕਰਦਾ ਰਹੂੰਗਾ। ਨਵਜੋਤ ਸਿੰਘ ਸਿੱਧੂ ਦਾ ਨਿੱਜੀ ਦਾ ਕਿਸੇ ਨਾਲ ਝਗੜਾ ਹੈ ਨਹੀਂ, ਨਾ ਨਵਜੋਤ ਸਿੰਘ ਸਿੱਧੂ ਦੀ ਫੈਕਟਰੀ, ਨਾ ਬੱਸਾਂ ਚੱਲਣ ਨਵਜੋਤ ਸਿੰਘ ਸਿੱਧੂ ਦੀਆਂ, ਨਾ ਉਹਦੀਆਂ ਰੇਤੀ ਦੀਆਂ ਖੱਡਾਂ। ਉਹਦਾ ਨੀਤੀਗਤ ਵਿਰੋਧ ਹੈ ਸਰਕਾਰਾਂ ਦੇ ਨਾਲ ਕਿ ਅਸੀਂ ਸੂਬੇ ਨੂੰ ਕਿਵੇਂ ਆਮਦਨ ਪੱਖੋਂ ਤਕੜਾ ਕਰੀਏ ਅਤੇ ਅਸੀਂ ਕਿਵੇਂ ਸੂਬੇ ਨੂੰ ਕਰਜ਼ੇ 'ਚੋਂ ਬਾਹਰ ਕੱਢੀਏ। ਔਰ ਅੱਜ ਵੀ ਜਿਹੜੀ ਉਹਨਾਂ ਨੇ ਰੈਲੀ ਰੱਖੀ ਹੈ, ਲੋਕ ਮਿਲਣੀ ਰੱਖੀ ਹੈ, ਪਤਾ ਲੱਗਿਆ ਲੋਕ ਵੱਡੀ ਗਿਣਤੀ ਹਲਕੇ ਦੇ ਉੱਥੇ ਇਕੱਠੇ ਹੋ ਕੇ ਨਵਜੋਤ ਸਿੰਘ ਸਿੱਧੂ ਦੇ ਘਰ ਗਏ ਸੀ ਕਿ ਮਹਿਰਾਜ ਪਿੰਡ 'ਚ ਤੁਸੀਂ ਗਏ, ਉੱਥੇ ਤੁਹਾਡਾ ਸਨਮਾਨ ਕੀਤਾ, ਅਸੀਂ ਵੀ ਤੁਹਾਡਾ ਸਨਮਾਨ ਕਰਨਾ ਚਾਹੁੰਦੇ ਹਾਂ। ਤੁਸੀਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਵਾਉਣ 'ਚ ਵੱਡੀ ਭੂਮਿਕਾ ਅਦਾ ਕੀਤੀ, ਅਸੀਂ ਚਾਹੁੰਦੇ ਹਾਂ, ਅਸੀਂ ਪਹਿਲਾਂ ਵੀ ਕਈ ਵਾਰੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਸਬੱਬ ਨਹੀਂ ਬਣਿਆ। ਅਤੇ ਨਵਜੋਤ ਸਿੱਧੂ ਕਹਿੰਦੇ ਚਲੋ ਮੈਂ ਹੀ ਆ ਜਾਂਦਾ, ਇੰਨੀ ਠੰਡ 'ਚ ਤੁਸੀਂ ਸਾਰੇ ਸੱਜਣ ਆਓਗੇ ਮੇਰੇ ਕੋਲ, ਚੱਲ ਕੇ ਆਏ ਹੋ, ਬਹੁਤ ਜ਼ਿਆਦਾ ਧੁੰਦਾਂ ਪੈ ਰਹੀਆਂ ਨੇ, ਕਹਿੰਦੇ ਮੈਂ ਹੀ ਆ ਜੂੰਗਾ ਉਹ। ਅਤੇ ਉੱਥੋਂ ਦੇ ਜਿਹੜੇ ਸਥਾਨਕ ਆਗੂ ਨੇ, ਨਵਜੋਤ ਸਿੰਘ ਸਿੱਧੂ ਦੇ ਸਾਥੀ ਨੇ ਹਰਵਿੰਦਰ ਸਿੰਘ ਲਾਡੀ, ਜਿਹੜੇ ਚੋਣ ਵੀ ਲੜੇ ਸੀ ਬਠਿੰਡਾ ਦਿਹਾਤੀ ਤੋਂ, ਉਦੋਂ ਵੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੀ ਵੱਡੀ ਰੈਲੀ ਕੀਤੀ ਸੀ। ਉਹ ਕਹਿੰਦੇ ਕਿ ਅਸੀਂ ਆ ਕੇ ਵਾਪਸ ਪੰਚਾਂ ਸਰਪੰਚਾਂ ਵਰਕਰਾਂ ਵਲੰਟੀਅਰਾਂ ਆਮ ਲੋਕਾਂ ਨੇ ਫੈਸਲਾ ਕਰ ਲਿਆ ਵੀ ਨਵਜੋਤ ਸਿੰਘ ਸਿੱਧੂ ਦਾ ਸਤਿਕਾਰ ਕਰਨਾ, ਸਨਮਾਨ ਕਰਨਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਵਾਉਣ ਲਈ, ਅਤੇ ਫਿਰ ਅਸੀਂ ਲੋਕ ਮਿਲਣੀ ਕਰਨੀ ਹੈ। ਅਤੇ ਉਹਨਾਂ ਨੇ ਉੱਥੇ ਵੱਡਾ ਪੰਡਾਲ ਲਾਤਾ, ਵੱਡੀ ਗਿਣਤੀ 'ਚ ਕੁਰਸੀਆਂ ਮੰਗਾ ਲਈਆਂ ਤਾਂ ਕਿ ਠੰਡ ਬਹੁਤ ਜ਼ਿਆਦਾ, ਕਿਤੇ ਲੋਕ ਇਹ ਨਾ ਹੋਵੇ ਵੀ ਲੋਕਾਂ ਨੂੰ ਬੈਠਣ ਨੂੰ ਥਾਂ ਨਾ ਮਿਲੇ, ਕਿਉਂਕਿ ਉਹ ਕਹਿੰਦੇ ਆਪ ਮੁਹਾਰੇ ਲੋਕ ਆ ਜਾਂਦੇ ਨੇ, ਅਸੀਂ ਤਾਂ ਬਹੁਤ ਘੱਟ ਸੱਜਣਾਂ ਤੱਕ ਸੁਨੇਹੇ ਭੇਜਦੇ ਹਾਂ, ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਹਲਕੇ 'ਚੋਂ ਆ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਸੁਣਨ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਗੱਲ ਨਹੀਂ ਮੈਂ ਰੱਖਦੀ
ਕਿ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ 100 ਲੋਕ ਬੈਠੇ ਨੇ ਜਾਂ 10,000 ਬੈਠੇ ਨੇ। ਦੇਖੋ ਇਕੱਠ ਤਾਂ ਹੋਊਗਾ, ਪਰ ਜੇ 100 ਲੋਕ ਵੀ ਨਵਜੋਤ ਸਿੰਘ ਸਿੱਧੂ ਨੂੰ ਸੁਣਨ ਆਉਂਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਂ ਉਹਦੇ ਵਿੱਚ ਵੀ ਤ੍ਰਿਪਤ ਹਾਂ, ਮੈਂ ਉਹਦੇ ਵਿੱਚ ਵੀ ਪੰਜਾਬ ਦੀ ਗੱਲ ਉਹਨਾਂ ਲੋਕਾਂ ਨਾਲ ਕਰਕੇ ਸੰਤੁਸ਼ਟ ਹਾਂ ਕਿ ਇਹ 100 ਲੋਕਾਂ ਤੱਕ ਵੀ ਗੱਲ ਪਹੁੰਚੀ ਅਤੇ ਗੱਲ ਹੌਲੀ ਹੌਲੀ ਅੱਗੇ ਵਧੂਗੀ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਹਾਈ ਕਮਾਂਡ ਦੇ ਗ੍ਰੀਨ ਸਿਗਨਲ ਤੋਂ ਬਾਅਦ ਹੀ ਲੋਕ ਮੇਲਿਆਂ 'ਚ ਜਾ ਰਹੇ ਨੇ। ਦੇਖੋ ਜਿਹੜੇ ਦਵਿੰਦਰ ਯਾਦਵ ਨੇ ਕਾਂਗਰਸ ਹਾਈ ਕਮਾਂਡ ਦੇ ਪੰਜਾਬ ਦੇ ਪ੍ਰਭਾਰੀ, ਉਹਨਾਂ ਨਾਲ ਮੁਲਾਕਾਤ ਕਰ ਚੁੱਕੇ ਨੇ ਨਵਜੋਤ ਸਿੰਘ ਸਿੱਧੂ, ਔਰ ਹਾਈ ਕਮਾਂਡ ਦਾ ਗ੍ਰੀਨ ਸਿਗਨਲ ਹੈ ਨਵਜੋਤ ਸਿੰਘ ਸਿੱਧੂ ਨੂੰ। ਕਾਂਗਰਸ ਹਾਈ ਕਮਾਂਡ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਅਜਿਹਾ ਚਿਹਰਾ ਹੈ ਜਿਹੜਾ ਸੱਚਾ ਸੁੱਚਾ ਇਮਾਨਦਾਰ ਹੈ ਔਰ ਤਨ ਮਨ ਤੋਂ ਪੰਜਾਬ ਦੇ ਲਈ ਲਗਾਤਾਰ ਲੜਦਾ ਔਰ ਹੁਣ ਫਿਰ ਲੜੂਗਾ 2024 ਤੋਂ ਪਹਿਲਾਂ ਵੀ, ਔਰ ਉਹ ਆਪ ਕਹਿਤਾ ਨਵਜੋਤ ਸਿੰਘ ਸਿੱਧੂ ਨੇ ਵੀ ਮੈਂ ਤਾਂ ਚੋਣ ਲੜਨੀ ਨਹੀਂ। ਇਸ ਕਰਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਪਤਾ ਹੈ ਵੀ 27 ਤੋਂ ਪਹਿਲਾਂ ਵੀ ਸਾਡਾ ਐਸਟ ਹੈ, ਕਿਉਂਕਿ ਜੇ ਕਾਂਗਰਸ ਨੇ ਸੱਤਾ ਵਾਪਸ ਲੈਣੀ ਪੰਜਾਬ 'ਚ, ਜੇ ਨਵਜੋਤ ਸਿੰਘ ਸਿੱਧੂ ਨਹੀਂ ਹੈ ਕਾਂਗਰਸ 'ਚ ਅੱਗੇ ਮੂਹਰੇ, ਤਾਂ ਫਿਰ ਭਗਵੰਤ ਮਾਨ ਦੇ ਸਾਹਮਣੇ ਕੋਈ ਉਸ ਕੱਦ ਦਾ ਅਜਿਹਾ ਲੀਡਰ ਕੀ ਕਾਂਗਰਸ ਕੋਲ ਹੈ ਜਿਹੜਾ ਇਮਾਨਦਾਰ ਵੀ ਹੋਵੇ? ਕਿਸੇ ਵੀ ਪਾਰਟੀ ਕੋਲ ਭਗਵੰਤ ਮਾਨ ਦੇ ਸਾਹਮਣੇ ਖੜ੍ਹਾ ਕਰਨ ਲਈ ਬੇਦਾਗ ਲੀਡਰ ਨਹੀਂ ਹੈ, ਜਾਂ ਉਹਨਾਂ ਪ੍ਰਸਿੱਧ ਲੋਕਾਂ 'ਚ ਸਮਰਪਿਤ। ਇਸ ਕਰਕੇ ਕਾਂਗਰਸ ਹਾਈ ਕਮਾਂਡ ਨੂੰ ਇਹ ਸਾਰੀਆਂ ਗੱਲਾਂ ਮਨਦੀਪ ਜੀ ਪਤਾ ਹੈ। ਬਾਕੀ ਲੋਕ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਚਾਹੁੰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਕਿਉਂ ਨਾ ਜਾਵੇ? ਇਸ ਕਰਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਝੰਡੇ ਹੇਠਾਂ ਜਾਂਦੇ ਨੇ ਹਰ ਥਾਂ 'ਤੇ। ਇਹ ਉਹਨਾਂ ਦਾ ਸਤਿਕਾਰ ਹੈ ਕਾਂਗਰਸ ਪਾਰਟੀ ਨੂੰ ਵੀ ਔਰ ਆਪਣੀ ਹਾਈ ਕਮਾਂਡ ਨੂੰ ਵੀ, ਉਹਨਾਂ ਦੀ ਲੋਇਲਟੀ ਵੀ ਹੈ ਦੇਖਿਆ ਜਾਵੇ ਤਾਂ ਜੀ। ਉੱਧਰ ਰਾਹੁਲ ਗਾਂਧੀ ਦੀ ਨਵੀਂ ਯਾਤਰਾ ਨੂੰ ਲੈ ਕੇ ਵੀ ਖਾਸ ਐਲਾਨ ਹੋਏ ਨੇ ਡੱਲਾ ਜੀ, ਇਹ ਕਿਹੜੇ ਖਾਸ ਐਲਾਨ ਨੇ ਜਿਹੜੇ ਹੋਏ, ਇਹ ਵੀ ਜ਼ਰੂਰ ਸਾਂਝਾ ਕਰੋ। ਦੇਖੋ ਜਿਹੜੀ ਰਾਹੁਲ ਗਾਂਧੀ ਉਹਨਾਂ ਦੀ ਯਾਤਰਾ ਸੀ, ਪਹਿਲਾਂ ਇਹਦਾ ਨਾਮ ਰੱਖਿਆ ਗਿਆ ਸੀ ਲੋਕ ਇਨਸਾਫ ਯਾਤਰਾ, ਜਿਹੜੀ 14 ਜਨਵਰੀ ਤੋਂ ਸ਼ੁਰੂ ਹੋਣੀ ਸੀ। ਇਸੇ ਕਰਕੇ ਬਹੁਤ ਕਾਹਲੀ 'ਚ ਹੈ ਕਾਂਗਰਸ ਦੀ ਹਾਈ ਕਮਾਂਡ ਕਿ ਅਸੀਂ ਇੰਡੀਆ ਗਠਬੰਧਨ ਦੇ ਬਾਕੀ ਸਾਥੀਆਂ ਨਾਲ ਜਲਦ ਤੋਂ ਜਲਦ ਗੱਲ ਕਰਕੇ ਸੀਟਾਂ ਦੀ ਵੰਡ 14 ਜਨਵਰੀ ਤੋਂ ਪਹਿਲਾਂ ਕਰ ਦਈਏ। ਦੇਖੋ ਅਸੀਂ ਤਾਂ ਪੰਜਾਬ ਨੂੰ 13 ਤਰੀਕ ਨੂੰ ਲੋਹੜੀ ਵੀ ਸੇਕ ਲੈਣੀ ਹੈ, ਦਿੱਲੀ 'ਚ ਵੀ ਲੋਹੜੀ ਦਾ ਤਿਉਹਾਰ ਹੈ, ਉੱਤਰ ਭਾਰਤ 'ਚ ਬਹੁਤ ਮਸ਼ਹੂਰ ਹੈ, 14 ਨੂੰ ਮਾਘੀ ਦਾ ਮੇਲਾ ਵੀ ਹੈ। ਹੁਣ 14 ਨੂੰ ਹੀ ਉਹਨਾਂ ਨੇ ਭਾਰਤ ਜੋੜੋ ਇਨਸਾਫ ਯਾਤਰਾ ਕੱਢਣੀ ਹੈ, ਜਿਹੜਾ ਕੱਲ੍ਹ ਮਲਕਿਆਰਜਨ ਖੜਗੇ ਸਾਹਿਬ ਨੇ ਨਵਾਂ ਲੋਗੋ ਜਾਰੀ ਕੀਤਾ। ਪਹਿਲਾਂ ਨਾਮ ਸੀ ਭਾਰਤ ਇਨਸਾਫ ਯਾਤਰਾ, ਹੁਣ ਇਹਦਾ ਨਾਮ ਹੈ ਭਾਰਤ ਜੋੜੋ ਇਨਸਾਫ ਯਾਤਰਾ, ਕਿਉਂਕਿ ਪਹਿਲੀ ਭਾਰਤ ਜੋੜੋ ਯਾਤਰਾ ਬੜੀ ਪ੍ਰਸਿੱਧ ਰਹੀ ਰਾਹੁਲ ਗਾਂਧੀ ਦੀ। ਹੁਣ ਰਾਹੁਲ ਗਾਂਧੀ ਦੇ ਨਾਲ ਕਈ ਸੂਬਿਆਂ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਵੱਡੀ ਗਿਣਤੀ ਲੋਕ ਚੱਲਣਗੇ ਔਰ ਰਾਹੁਲ ਗਾਂਧੀ ਇਸ ਭਾਰਤ ਜੋੜੋ ਇਨਸਾਫ ਯਾਤਰਾ ਦੇ ਜ਼ਰੀਏ ਇੱਕ ਵਾਰੀ ਫਿਰ ਆਪਸੀ ਭਾਈਚਾਰਕ ਸਾਂਝ 'ਚ ਵਾਧੇ ਦੀ ਗੱਲ ਕਰਨਗੇ, ਪੋਲੀਟੀਕਲ ਬਰਾਬਰਤਾ ਦੀ ਗੱਲ ਕਰਨਗੇ, ਸੰਵਿਧਾਨ ਦੇ ਤਹਿਤ ਸਾਰੇ ਕੰਮ ਹੋਣ, ਸਭ ਨੂੰ ਇਨਸਾਫ ਮਿਲੇ, ਇਸ ਤਰੀਕੇ ਦਾ ਏਜੰਡਾ ਲੈ ਕੇ ਉਹ ਚੱਲਣਗੇ ਜੀ। ਡੱਲਾ ਜੀ, ਇੱਕ ਲੀਡਰ ਨੇ ਰਾਜਾ ਵੜਿੰਗ ਤੋਂ ਮਾਫ਼ੀ ਮੰਗੀ ਹੈ, ਲੀਡਰ ਕੌਣ ਹੈ ਅਤੇ ਪੂਰਾ ਮਾਮਲਾ ਕੀ ਹੈ? ਦੇਖੋ ਚੋਣਾਂ ਤੋਂ ਪਹਿਲਾਂ ਔਰ ਅਕਸਰ ਹੀ ਜਿਹੜੇ ਲੀਡਰ ਨੇ ਕਈ ਵਾਰੀ ਉਹ ਬਿਨਾਂ ਸਬੂਤਾਂ ਦੇ ਇਲਜ਼ਾਮ ਲਾਉਂਦੇ ਨੇ ਜਿਹੜੇ ਨਹੀਂ ਲਾਉਣੇ ਚਾਹੀਦੇ। ਹੁਣ ਵੀ ਪੰਜਾਬ ਦੀ ਸਿਆਸਤ 'ਚ ਬਹੁਤ ਸਾਰੇ ਲੀਡਰ ਇੱਕ ਦੂਜੇ 'ਤੇ ਬਿਨਾਂ ਸਬੂਤਾਂ ਤੋਂ ਇਲਜ਼ਾਮ ਲਾਉਂਦੇ ਨੇ, ਪਰ ਅਗਰ ਉਹ ਇਲਜ਼ਾਮ ਬਹੁਤ ਜ਼ਿਆਦਾ ਗੰਭੀਰ ਕਿਸਮ ਦੇ ਹੋਣ
ਅਤੇ ਫਿਰ ਜਿਹੜੇ ਲੀਡਰ ਨੇ ਉਹ ਕੋਰਟ ਕਚਹਿਰੀਆਂ 'ਚ ਚਲੇ ਜਾਂਦੇ ਨੇ ਕਿ ਤੁਸੀਂ ਹੁਣ ਇਹਨਾਂ ਨੂੰ ਸਾਬਤ ਕਰੋ। ਹੁਣ ਜਦੋਂ 2022 ਦੀਆਂ ਚੋਣਾਂ ਸੀ, ਉਸ ਤੋਂ ਪਹਿਲਾਂ ਅਕਾਲੀ ਦਲ ਔਰ ਕਾਂਗਰਸ 'ਚ ਖੂਬ ਰੌਲਾ ਸੀ। ਰਾਜਾ ਵੜਿੰਗ ਦੇ ਸਾਹਮਣੇ ਵੀ ਇੱਕ ਉਮੀਦਵਾਰ ਖੜ੍ਹੇ ਸੀ, ਉੱਥੋਂ ਦੇ ਅਕਾਲੀ ਉਮੀਦਵਾਰ ਰਾਜਾ ਵੜਿੰਗ, ਔਰ ਉਸ ਅਕਾਲੀ ਉਮੀਦਵਾਰ ਦੇ ਵਿੱਚ ਖੂਬ ਸਿਆਸੀ ਯੁੱਧ ਛੜਿਆ। ਉਸ ਦਰਮਿਆਨ ਰਾਜਾ ਵੜਿੰਗ 'ਤੇ ਇਲਜ਼ਾਮ ਲਾ ਦਿੱਤੇ ਉਸ ਆਗੂ ਵੱਲੋਂ, ਜਿਸ ਤਰ੍ਹਾਂ ਦੀਆਂ ਖਬਰਾਂ ਮੀਡੀਆ 'ਚ ਰਿਪੋਰਟ ਹੋਈਆਂ ਨੇ, ਕਿ ਰਾਜਾ ਵੜਿੰਗ ਉਹਨਾਂ ਨੇ ਮਿੱਟੀ ਦੇ ਤੇਲ ਦਾ ਘਪਲਾ ਕੀਤਾ, ਸ਼ੈਲਰਾਂ ਦਾ ਘਪਲਾ ਕੀਤਾ। ਰਾਜਾ ਵੜਿੰਗ ਉਹਨਾਂ ਨੂੰ ਗੁੱਸਾ ਲੱਗਿਆ। ਔਰ ਦੇਖੋ, ਅਗਰ ਕੋਈ ਵੀ ਲੀਡਰ ਕਿਸੇ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦਾ ਤਾਂ ਬਿਨਾਂ ਸਬੂਤਾਂ ਤੋਂ ਇਲਜ਼ਾਮ ਨਹੀਂ ਲਾਉਣੇ ਚਾਹੀਦੇ। ਸਿਆਸਤ ਦਾ ਪੱਧਰ ਤਾਂ ਹੋਣਾ ਚਾਹੀਦਾ। ਤੁਸੀਂ ਨੀਤੀਗਤ ਵਿਰੋਧ ਜਿੰਨਾ ਮਰਜ਼ੀ ਕਰੋ। ਉਹ ਰਾਜਾ ਵੜਿੰਗ ਦੀ ਵੀ ਮੈਨੂੰ ਗੱਲ ਚੰਗੀ ਲੱਗੀ। ਰਾਜਾ ਵੜਿੰਗ ਕਹਿੰਦੇ ਕਿ ਮੇਰਾ ਕੋਈ ਨਿੱਜੀ ਰੰਜਿਸ਼ ਉਹਨਾਂ ਦੇ ਨਾਲ ਨਹੀਂ ਸੀ। ਹਰਦੀਪ ਸਿੰਘ ਉਹਨਾਂ ਦਾ ਨਾਮ ਹੈ, ਹਰਦੀਪ ਸਿੰਘ, ਡਿੰਪੀ ਢਿੱਲੋਂ, ਹਰਦੀਪ ਸਿੰਘ। ਅਤੇ ਉਹ ਕਹਿੰਦੇ ਅਦਾਲਤ 'ਚ ਫਿਰ ਮੈਂ 2 ਮਾਣਹਾਨੀ ਦੇ ਕੇਸ ਕੀਤੇ, ਅਤੇ ਹੁਣ ਜਦੋਂ ਗਵਾਹੀ 'ਤੇ ਕੇਸ ਆਇਆ ਸੀ, ਜਦੋਂ ਇਹ ਸਹਿਮਤੀ ਬਣੀ ਹਰਦੀਪ ਸਿੰਘ ਡਿੰਪੀ ਢਿੱਲੋਂ ਹੋਣੀ, ਕਹਿੰਦੇ ਵੀ ਮੈਂ ਅਨਕੰਡੀਸ਼ਨਲ ਅਪੋਲੋਜਾਈਜ਼ ਕਰਦਾ, ਮਤਲਬ ਬਿਨਾਂ ਕਿਸੇ ਸ਼ਰਤ ਦੀ ਉਹਨਾਂ ਨੇ ਮੁਆਫ਼ੀ ਮੰਗੀ ਕਿ ਮੈਨੂੰ ਅਜਿਹੇ ਇਲਜ਼ਾਮ ਨੇ ਜਿਹੜੇ ਮੈਂ ਅੱਗੇ ਤੋਂ ਖਿਆਲ ਰੱਖੂੰਗਾ, ਨਹੀਂ ਲਾਉਣੇ ਚਾਹੀਦੇ। ਬਿਲਕੁਲ ਠੀਕ ਹੈ, ਨਹੀਂ ਲਾਉਣੇ ਚਾਹੀਦੇ। ਹਰਦੀਪ ਸਿੰਘ ਡਿੰਪੀ ਢਿੱਲੋਂ ਉਹਨਾਂ ਨੇ ਵੀ ਇਹ ਚੰਗਾ ਦਿਲ ਦਿਖਾਇਆ। ਬਿਲਕੁਲ, ਰਾਜਨੀਤੀ ਦੇ ਵਿੱਚ ਅਗਰ ਕੋਈ ਗੱਲ ਕਿਸੇ ਬਾਰੇ ਕਹੀ ਜਾਵੇ ਅਤੇ ਅਗਰ ਤੁਹਾਨੂੰ ਇਹ ਭਰੋਸਾ ਹੋਵੇ ਕਿ ਨਹੀਂ ਮੈਨੂੰ ਉਹ ਗੱਲ ਨਹੀਂ ਕਹਿਣੀ ਚਾਹੀਦੀ ਸੀ, ਇਹ ਵੀ ਚੰਗੀ ਸਾਫ਼ ਗੋਈ ਦੀ ਗੱਲ ਹੈ। ਔਰ ਮੈਨੂੰ ਲੱਗਦਾ ਹੁਣ ਇਹ ਦੋਵੇਂ ਲੀਡਰ ਆਪਸ ਦੇ ਵਿੱਚ ਕੇਸ ਹੁਣ ਖਤਮ ਹੋ ਜਾਏਗਾ। ਰਾਜਾ ਵੜਿੰਗ ਉਹਨਾਂ ਨੇ ਆਪ ਕਿਹਾ ਕਿ ਮੇਰਾ ਕੋਈ ਨਿੱਜੀ ਰੌਲਾ ਨਹੀਂ ਹੈ, ਨੀਤੀਗਤ ਵਿਰੋਧ ਦਾ ਹਮੇਸ਼ਾ ਸਵਾਗਤ ਹੈ। ਔਰ ਨੀਤੀਗਤ ਵਿਰੋਧ ਹੀ ਹੋਣਾ ਚਾਹੀਦਾ। ਇਸ ਤਰ੍ਹਾਂ ਦੇ ਨਿੱਜੀ ਹਮਲੇ ਨੇ ਜਿਹੜੇ ਉਹ ਕਿਸੇ ਵੀ ਲੀਡਰ ਵੱਲੋਂ ਕਿਸੇ 'ਤੇ ਨਹੀਂ ਕੀਤੇ ਜਾਣੇ ਚਾਹੀਦੇ। ਸੋ ਇਹ ਗਿੱਦੜਬਾਹਾ ਦੀ ਚੋਣ ਦੇ ਸਮੇਂ ਅਕਾਲੀ ਦਲ ਦੇ ਉਮੀਦਵਾਰ ਔਰ ਰਾਜਾ ਵੜਿੰਗ ਦੇ ਵਿਚਾਲੇ ਇਹ ਸਿਆਸੀ ਯੁੱਧ ਚੱਲ ਰਿਹਾ ਸੀ। ਰਾਜਾ ਵੜਿੰਗ 'ਤੇ ਗੰਭੀਰ ਇਲਜ਼ਾਮ ਲੱਗੇ, ਉਹਨਾਂ ਨੂੰ ਬੁਰਾ ਲੱਗਿਆ ਅਤੇ ਉਹ ਅਦਾਲਤ 'ਚ ਚਲੇ ਗਏ, ਅਤੇ ਹੁਣ ਮਾਮਲਾ ਇਹ ਨਿਬੜ ਗਿਆ। ਰਾਜਾ ਵੜਿੰਗ ਉਹਨਾਂ ਨੇ ਵੀ ਵੱਡਾ ਦਿਲ ਦਿਖਾਇਆ ਔਰ ਹਰਦੀਪ ਸਿੰਘ ਡਿੰਪੀ ਢਿੱਲੋਂ ਉਹਨਾਂ ਨੇ ਵੀ ਵੱਡਾ ਦਿਲ ਦਿਖਾਇਆ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ, ਤੁਸੀਂ ਇਹਨਾਂ ਅਹਿਮ ਸਵਾਲਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਬਹੁਤ ਬਹੁਤ ਧੰਨਵਾਦ ਮਨਦੀਪ ਜੀ।